ਫਿਰ ਮੈਂ ਆਪਣੇ ਆਪ ਚ ਬਹੁਤ ਬਾਅਦ ਵਿੱਚ ਪਛਤਾਇਆ। ਬੱਚਾ ਮੇਰਾ ਹੈ ਤੇ ਨਹੀਂ ਇਦਾਂ ਦਾ ਬੱਚਾ, ਤੇ ਕਿਤੇ ਆਪਣੇ ਮਾਂ ਪਿਓ ਤੋਂ ਬਿਨਾਂ ਨਹੀਂ ਇੱਕ ਵੀ ਕੁਛ ਖਾਂਦਾ ਪੀਂਦਾ ਨਹੀਂ, ਕੋਈ ਸਾਡੇ ਦਾਰੂ ਕੁਛ ਨਹੀਂ ਕੁਛ ਨਹੀਂ ਕਰਦਾ। ਮੇਰਾ ਨਾਂ ਗੁਰਮੀਤ ਸਿੰਘ, ਸਾਨੂੰ ਸਰਦਾਰ ਗੁਰਵਿੰਦਰ ਸਿੰਘ। ਸਰ ਮੇਰੇ ਕੋਲੋਂ ਮੈਸੇਜ ਆਇਆ ਸੀ, ਮੇਰੇ ਕੋਲ ਫੋਰਗੇਟ ਹੋ ਗਿਆ, ਮੇਰੇ ਕੋਲ ਗਲਤੀ ਹੋਈ ਸੀ। ਬਾਅਦ ਵਿੱਚ ਸਰ ਹੁਣਾਂ ਨੇ ਮੈਨੂੰ ਸਮਝਾਇਆ ਕਿ ਗਰੁੱਪ ਵੱਲੋਂ ਕਿ ਜਿਹੜਾ ਮੈਸੇਜ ਹੋਇਆ ਸੀ ਫੋਰਗੇਟ ਕੀਤਾ ਸੀ ਮੈਂ, ਅਤੇ ਸਰ ਹੁਣਾਂ ਨੇ ਸਮਝਾਇਆ ਤਾਂ ਮੈਂ ਸਮਝ ਗਿਆ ਵਾਂ, ਮੈਂ ਗਲਤੀ ਵੀ ਆਪਣੀ ਮੰਨੀ ਸੀ। ਅਤੇ ਸਰ ਕਿਸ ਤਰੀਕੇ ਦਾ ਮੈਸੇਜ ਸੀ? ਸਰ ਉਹ ਮਤਲਬ ਕਿ ਧਰਨੇ ਵਾਲਾ ਸੀ ਕਿ ਟੋਲ ਪਲਾਜ਼ੇ ਕਲੋਜ਼ ਕਰਨ ਵਾਸਤੇ, ਅਤੇ ਸਰ ਉਹਨਾਂ ਨੇ ਮੈਨੂੰ ਸਮਝਾਇਆ ਤਾਂ ਮੈਂ ਸਮਝ ਗਿਆ। ਮੈਂ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੇ ਮੈਸੇਜ ਨਾਲ ਮਾਹੌਲ ਖਰਾਬ ਹੋ ਸਕਦਾ ਹੈ? ਇਸ ਤਰੀਕੇ ਦਾ ਤੁਸੀਂ ਮੈਸੇਜ ਫਾਰਵਰਡ ਕੀਤਾ ਲੱਗਦਾ ਮਾਹੌਲ ਖਰਾਬ ਹੋ ਸਕਦਾ ਸਰ ਲੱਗ ਰਿਹਾ ਸੀ, ਬਟ ਮੈਂ ਸਰ ਹੁਣ ਅੱਜ ਸਮਝਾਉਣ ਤੇ ਮੈਂ ਸਮਝ ਗਿਆ। ਮੈਂ ਗਰੁੱਪ ਵੀ ਡਿਲੀਟ ਕਰਤੇ, ਤੇ ਸਰ ਜਿਨ੍ਹਾਂ ਨੇ ਮੈਨੂੰ ਫੋਰਗੇਟ ਮੈਸੇਜ ਕੀਤੇ ਮੈਂ ਉਹਨਾਂ ਤੋਂ ਦੂਰੀ ਵੀ ਬਣਾ ਲਈ ਹੈ। ਇਸ ਕਰਕੇ ਮੈਂ ਸਰ ਹੁਣਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਸਰ ਹੁਣਾਂ ਦਾ ਕਿ ਸਰ ਉਹਨਾਂ ਨੇ ਮੈਨੂੰ ਸਮਝਾਇਆ। ਨੌਜਵਾਨਾਂ ਨੂੰ ਕੀ ਅਪੀਲ ਕਰਦੇ ਆਪਣੇ? ਸਰ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਵਾਂ ਕਿ ਮੈਸੇਜ ਫੋਰਗੇਟ ਕਰਨ ਤੋਂ ਪਹਿਲਾਂ ਤੁਸੀਂ ਸਮਝੋ, ਮੈਸੇਜ ਸੁਣੋ, ਸਮਝੋ, ਤੇ ਫਿਰ ਸਰ ਮਦਦ ਕੇ ਅੱਗੇ ਕਰੋ। ਇਸ ਤਰੀਕੇ ਦੇ ਮੈਸੇਜ ਦੇ ਨਾਲ ਮਾਹੌਲ ਨਹੀਂ ਖਰਾਬ ਹੋਏਗਾ? ਹੋ ਸਕਦਾ ਹੈ ਸਰ, ਬਟ ਸਰ ਉਹਨਾਂ ਨੇ ਮੈਨੂੰ ਸਮਝਾਇਆ, ਮੈਂ ਸਮਝ ਗਿਆ। ਸਰ ਬੇਟਾ ਬਸ ਥੋੜ੍ਹਾ ਜਿਹਾ ਗਲਤੀ ਹੋ ਗਈ, ਬਹੁਤ ਮੈਸੇਜ ਸੀ ਕੋਈ, ਉਹਨੇ ਗਾੜੀ ਕਰਤਾ, ਅਤੇ ਉਹ ਹੁਣ ਸਰ ਹੁਣਾਂ ਲੈਣ ਦਾ, ਸਰ ਹੁਣਾਂ ਸਮਝਾਇਆ ਬਹੁਤ ਜ਼ਿਆਦਾ ਬੱਚੇ ਨੂੰ। ਬਾਕੀ ਇਹ ਹੈ ਕਿ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ, ਬੱਚੇ ਨੂੰ ਜਿੰਨਾ ਕੁ ਸਮਝਾਇਆ ਵਾ ਸਮਝ ਚੁੱਕਿਆ ਵਾ, ਗਾੜੀ ਗਲਤੀ ਨਹੀਂ ਕਰੇਗਾ। ਸਾਡੀ ਵੀ ਰਿਕੁਐਸਟ ਆ ਤੁਹਾਡੇ ਅੱਗੇ, ਅਸੀਂ ਹੋਰਨਾਂ ਬੱਚਿਆਂ ਨੂੰ ਵੀ ਕਹਿੰਦੇ ਕਿ ਬੱਚਿਓ ਸਿੱਧੇ ਰਸਤੇ ਹੀ ਚੱਲੋ, ਇਹਨਾਂ 'ਚ ਕੁਛ ਨਹੀਂ ਇਹਨਾਂ ਚੀਜ਼ਾਂ 'ਚੋਂ ਲੱਭਣਾ। ਬਾਕੀ ਹੈ ਕਿ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਆ, ਬਹੁਤ ਬਹੁਤ ਸ਼ੁਕਰ ਆ, ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਬੱਚਾ ਹੁਣ ਜਿੱਥੋਂ ਤੱਕ ਉਹਨਾਂ ਸਮਝਾਇਆ ਪੂਰਾ ਹੀ ਸਮਝ ਚੁੱਕਾ। ਉਮਰ ਛੋਟੀ ਸੀ, ਉਮਰ ਛੋਟੀ ਸੀ, ਹਾਂਜੀ ਬਹੁਤ ਜ਼ਿਆਦਾ ਸੀ, ਬਹੁਤ ਜੇ ਕਾਰਵਾਈ ਕਰਦੇ ਬਹੁਤ ਜ਼ਿਆਦਾ ਹੋਣਾ ਸੀ। ਬਾਕੀ ਹੈ ਕਿ ਮੇਰਾ ਬੱਚਾ ਸਮਝ ਚੁੱਕਾ, ਨੰਬਰ ਨੁੰਬਰ ਸਭ ਕੁਛ ਉਹਨੇ ਡਿਲੀਟ ਕਰ ਸਕੇ, ਹੁਣ ਨਹੀਂ ਕੁਛ, ਮੈਂ ਸਮਝ ਗਿਆ ਬੱਚਾ ਮੇਰਾ ਗਲਤੀ ਕੀਤੀ ਸੀਗੀ। ਠੀਕ ਠੀਕ। ਇਹ ਇਸ ਤਰ੍ਹਾਂ ਜੀ ਜਿਹੜਾ ਅੱਜ ਹੁਣ ਚੱਲ ਰਿਹਾ ਵਾਰਿਸ ਪੰਜਾਬ ਦੇ, ਜਿਹੜੇ ਉਹਨਾਂ ਦੇ ਜੋ ਵੀ ਤੁਹਾਨੂੰ ਸਾਰਾ ਪਤਾ ਹੀ ਹੈ ਜੀ, ਉਹਦੇ 'ਚ ਸਾਡੇ ਵੀ ਨਾ ਇੱਥੇ ਇੱਕ ਮੈਸੇਜ ਬੜਾ ਵਾਇਰਲ ਹੋਇਆ ਸੀਗਾ ਕਿ ਟੋਲ ਪਲਾਜ਼ੇ ਵਗੈਰਾ ਬੰਦ ਕਰਨੇ ਆ, ਅਤੇ ਸਾਡੇ ਇੱਥੇ ਇੱਕ ਗੁਰਮੀਤ ਸਿੰਘ ਸਾਨੂੰ ਗੁਰਵਿੰਦਰ ਸਿੰਘ ਸਟਾਫ ਰੋਡ ਰਹਿੰਦਾ ਜੀ, 20-21 ਸਾਲ ਦੀ ਏਜ ਹੈ, ਅਤੇ ਇਹਨੂੰ ਵੀ ਬੇਸਿਕਲੀ ਕੋਈ ਮੈਸੇਜ ਪਿੱਛੋਂ ਆਇਆ ਅਤੇ ਇਹਨੇ ਵੀ ਗਾਂਹ ਫੋਰਵਰਡ ਕੀਤਾ ਸੀ, ਅਤੇ ਇਹਨੂੰ ਫਿਰ ਬੁਲਾਇਆ ਗਿਆ ਸੀ ਅਤੇ ਪੇਰੈਂਟਸ ਵੀ ਆਏ ਸੀ ਇੱਥੇ, ਅਤੇ ਇਹਨੂੰ ਸਮਝਾਇਆ ਗਿਆ ਸਾਰਾ ਵੀ ਆਹ ਗਲਤ ਹੈ। ਐੱਸ ਪੀ ਡੀ ਸਾਹਿਬ ਸਾਡੇ ਆਏ ਸੀ, ਐੱਸ ਐੱਸ ਪੀ ਸਾਹਿਬ ਵੱਲੋਂ ਡਿਊਟੀ ਲੱਗੀ ਸੀਗੀ, ਅਤੇ ਇਹਨੇ ਫਿਰ ਆਪਣੇ ਚਲੋ ਰਿਲਾਈਜ਼ ਵੀ ਕੀਤੀ ਗਲਤੀ, ਇਹਨੇ ਜਿਹੜੇ ਇਹਦੇ ਕੰਟੈਕਟ ਸੀਗੇ ਜਾਂ ਉਹਦੇ ਵਟਸਐਪ ਦੇ ਸਾਰੇ ਨੇ ਡਿਲੀਟ ਵਗੈਰਾ ਵੀ ਕੀਤੇ, ਅਤੇ ਇਹੀ ਮੈਸੇਜ ਜਿਹੜਾ ਅਸੀਂ ਕਨਵੇ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਵੀ ਮਤਲਬ ਯੂਥ ਹੈ, ਕਈ ਵਾਰੀ ਕਿਸੇ ਦੇ ਬਹਿਕਾਵੇ ਜਾਂ ਉੱਦਾਂ ਆ ਕੇ ਆਪਾਂ ਕਰ ਜਾਂਦੇ ਗਲਤੀ, ਉਹ ਨਾ ਕਰਨ, ਅਤੇ ਅਸੀਂ ਮਤਲਬ ਪੁਲਿਸ ਵੱਲੋਂ ਇਹ ਕਿ ਅਸੀਂ ਜ਼ਰੂਰੀ ਨਹੀਂ ਵੀ ਹਰ ਇੱਕ ਦੇ ਖਿਲਾਫ਼ ਕੋਈ ਆਪਾਂ ਰਿਟਨ ਹੀ ਐਕਸ਼ਨ ਕਰਨਾ, ਕੋਈ ਆਪਾਂ ਉਹਨੂੰ ਸਮਝਾਈਏ ਅਤੇ ਉਹ ਸਮਝ ਵੀ ਸਕਦਾ, ਤਾਂ ਕਿ ਅੱਗੇ ਤੋਂ ਬੱਚੇ ਦੀ ਇਹ ਛੋਟੀ ਹੁੰਦੀ ਹੈ ਅਤੇ ਅੱਗੇ ਤੋਂ ਉਹਨਾਂ ਨੂੰ ਇੱਕ ਸੁਧਰਨ ਦਾ ਮੌਕਾ ਵੀ ਦੇਣਾ ਚਾਹੀਦਾ। ਤੁਹਾਨੂੰ ਲੱਗਦਾ ਸਰ ਜਦੋਂ ਇਸ ਤਰੀਕੇ ਦੇ ਮੈਸੇਜ ਸੋਸ਼ਲ ਮੀਡੀਆ 'ਤੇ ਪੈਂਦੇ ਉਹਦੇ ਨਾਲ ਮਾਹੌਲ ਵੀ ਖਰਾਬ ਹੁੰਦਾ? ਇਹ ਨੈਚੁਰਲ ਗੱਲ ਆ ਜੀ, ਜਦੋਂ ਇੱਕ ਮੈਸੇਜ ਗਾਂਹ ਦੀ ਗਾਂਹ ਜਾਂਦਾ ਵਾ ਅਤੇ ਉਹਦੇ ਨਾਲ ਇਫੈਕਟ ਤਾਂ ਪੈਂਦਾ ਹੀ ਹੈ, ਬਟ ਚਲੋ ਉਹਨੂੰ ਕਾਊਂਟਰ ਕਰਨ ਲਈ ਜਾਂ ਉਹਨੂੰ ਜੇ ਆਪਾਂ ਸਮਝਾ ਦਈਏ ਜਾਂ ਉਹਨਾਂ ਨੂੰ ਕਹਿ ਦਈਏ, ਫਿਰ ਇਹ ਜਿਹੜਾ ਗੁਰਮੀਤ ਸਿੰਘ ਇਹਨੇ ਚਲੋ ਸਮਝ ਗਿਆ, ਇਹਨੇ ਫਿਰ ਜਿੰਨੇ ਇਹਦੇ ਗਰੁੱਪ 'ਚ ਸੀਗੇ ਦੂਜੇ ਲਿੰਕ ਇੱਦਾਂ ਦੇ ਕੋਈ, ਉਹ ਸਾਰੇ ਇਹਨੇ ਡਿਲੀਟ ਕਰਤੇ ਆ, ਅਤੇ ਇਹਨੇ ਆਪਣੇ ਸਾਥੀਆਂ ਨੂੰ ਸਮਝਾਇਆ ਵੀ ਇੱਦਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਅੱਗੇ ਕੀ ਅਪੀਲ ਕਰਨਾ ਚਾਹੁੰਦੇ ਜੀ? ਅਪੀਲ ਇਹੀ ਹੈ ਯੂਥ ਨੂੰ ਕਿ ਜੋ ਕੋਈ ਮੈਸੇਜ ਜਿੱਦਾਂ ਕੋਈ ਭੜਕਾਊ ਜਾਂ ਕੋਈ ਇੱਦਾਂ ਦਾ ਕੋਈ ਐਂਟੀ ਗੌਰਮੈਂਟ ਜਾਂ ਕੋਈ ਇੱਦਾਂ ਦਾ ਆਉਂਦਾ, ਉਹਨੂੰ ਫੋਰਵਰਡ ਨਾ ਕੀਤਾ ਜਾਵੇ, ਉਹਨੂੰ ਸਗੋਂ ਮਤਲਬ ਜਿੱਦਾਂ ਸਾਡੇ ਧਿਆਨ 'ਚ ਲਿਆਓ
ਜਾਂ ਸੰਬੰਧਿਤ ਅਧਿਕਾਰੀ ਕੋਈ ਵੀ ਉਹਦੇ ਧਿਆਨ 'ਚ ਲਿਆਉਣਾ ਚਾਹੀਦਾ ਅਤੇ ਉਹਨੂੰ ਫੋਰਵਰਡ ਕਰਨ ਦੀ ਬਜਾਏ ਉਹਨੂੰ ਜਿਹੜਾ ਕੋਈ ਲਿੰਕ 'ਚ ਤੁਹਾਡੇ ਬੰਦਾ ਉਹਨੂੰ ਵੀ ਸਮਝਾਓ ਕਿ ਇੱਦਾਂ ਆਪਾਂ ਨਾ